ਬਰਗਰ ਖਾਧਾ ਗਿਆ ਵਾ, ਪਾਣੀ ਪੀਤਾ ਗਿਆ ਵਾ, ਤੇ ਆਹ ਚੇਪੀਆਂ ਜੀਆਂ ਬਾਵਾ ਆਨੰਦ ਹੋ ਰਿਹਾ। ਚਾਰ ਨੱਕ ਇਕੱਠੇ ਕਰਕੇ ਲਿਆਂਦੇ ਸੀ, ਹੁਣ ਅਸੀਂ ਇੱਕ ਫਰੇਮ 'ਚ ਆ ਗਏ ਹਾਂ। ਮੇਰੀ ਅੰਗ ਲੈਂਦੀ ਆ 70 ਰੁਪਈਆ ਵਾਲੀ, ਲੈਂਦੀ ਆ ਠੀਕ ਆ। ਮੈਂ ਸਿਆਲ ਦੱਸਣ ਵਾਲੀ, ਸਤਿ ਸ਼੍ਰੀ ਅਕਾਲ ਜੀ। ਅਤੇ ਤੁਸੀਂ ਕਿ ਸਾਡੀਆਂ ਵੀਡੀਓ ਵੇਖ ਲਈਆਂ, ਪਹਿਲੀ ਵੀਡੀਓ ਇਸ ਤੋਂ ਪਹਿਲੀ ਜਿਹੜੀ ਆ ਵੇਖ ਲਈ ਆ, ਵੀ ਆਪਾਂ ਜਾ ਰਹੇ ਹਾਂ ਸਕੂਟੀ ਰਾਈਡ 'ਤੇ। ਜਾਮਾ ਰੋਕਸ ਆ, ਜਾਮਾ ਰੋਸਟਰ ਆ, ਬਿਲਕੁਲ ਨਵਾਂ ਇੱਕ ਦਿਨ ਦਾ, ਅਤੇ TVS ਐਂਟੋਰਕ। ਅਤੇ ਆਪਾਂ ਜਾ ਰਹੇ ਹਾਂ ਇੱਥੋਂ ਧਾਰੀਵਾਲ ਤੋਂ ਗੁਰਦਾਸਪੁਰ, ਗੁਰਦਾਸਪੁਰ ਤੋਂ ਪ੍ਰਦੀਪਪੁਰ ਨੂੰ ਲੈਣਾ ਆਪਾਂ, ਉਹਨਾਂ ਨੂੰ ਲੈ ਕੇ ਅਤੇ ਫਿਰ ਆਪਾਂ ਜਾਵਾਂਗੇ ਮਕੇਰੀਆਂ ਸੂਹੇ ਹੁੰਦੇ ਹੋਏ ਹੁਸ਼ਿਆਰਪੁਰ, ਫਿਰ ਚੰਡੀਗੜ੍ਹ ਤੋਂ ਆਪਾਂ ਅੱਗੇ ਵੱਧ ਰਹੇ ਹਾਂ ਜੀ। ਵੀਡੀਓ 'ਚ ਬਣੇ ਰਹੋ, ਚੈਨਲ 'ਤੇ ਨਵੇਂ ਜਿਹਾ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ, ਜਾਵਾਂਗੇ ਆਪਾਂ ਜਿਉਂ ਜਿਉਂ ਸਾਡਾ ਸਫ਼ਰ ਬਣੇਗਾ। ਲਓ ਜੀ, ਹੌਲੀ ਹੌਲੀ ਆਪਾਂ ਵੱਧ ਰਹੇ ਹਾਂ ਆਪਣੀ ਮੰਜ਼ਿਲ ਵੱਲ। ਅੱਜ ਦਾ ਟਾਰਗੇਟ ਲਗਭਗ ਨਾਰਕੰਡਾ, ਅਤੇ ਵੇਖੋ ਟਰੱਕ ਨਾਲ ਕੀ ਮੰਦਭਾਗੀ ਘਟਨਾ ਵਾਪਰ ਗਈ ਹੈ ਜੀ। ਰਾਤ ਨੂੰ ਨੀਂਦ ਆ ਗਈ ਲੱਗਦੀ ਡਰਾਈਵਰ ਸਾਹਿਬ ਨੂੰ, ਅਤੇ ਹਾਦਸਾ ਵਾਪਰ ਗਿਆ। TVS ਰੋਨਿਨ ਰਾਈਡਰ ਮੇਰੇ ਬਿਲਕੁਲ ਮਗਰ ਆ ਰਿਹਾ ਇੱਕ, ਵੈਸਟ ਬੰਗਾਲ ਜੀ, ਕਲਕੱਤੇ ਤੋਂ ਰਾਈਡਰ ਆ ਜੀ, ਕਲਕੱਤੇ ਤੋਂ। TVS ਰੋਨਿਨ ਮੋਟਰਸਾਈਕਲ, ਸੂਰਜ ਬਹੁਤ ਸੋਹਣਾ ਜਿਹੜਾ ਨਿਕਲ ਰਿਹਾ ਵਾ, ਲਾਲਗੀ ਛਾਈ ਹੈ ਸਾਰੇ ਪਾਸੇ, ਅਤੇ ਸਾਡਾ ਸਫ਼ਰ ਸਟਾਰਟ ਹੋ ਗਿਆ ਵਾ ਜੀ। ਆਪਾਂ ਗੁਰਦਾਸਪੁਰ ਪਹੁੰਚਣ ਵਾਲੇ ਹਾਂ, ਉੱਥੋਂ ਲੈਂਦੇ ਹਾਂ ਪ੍ਰਦੀਪ ਸਿੰਘ ਨੂੰ, ਜਿਹੜੇ ਹੁਣੇ ਆ ਮਟਿਓਰ 350 'ਤੇ। ਅੱਜ ਸਾਡੇ ਨਾਲ ਸਾਰੀਆਂ ਹੀ ਕੰਪਨੀਆਂ ਵਾ, ਮੇਰੇ ਕੋਲ ਯਾਮਾ ਵਾ, ਸਾਹਮਣੇ ਚੱਲ ਰਿਹਾ ਵਾ ਜੱਦੀ ਜਾਵਾ, ਅਤੇ ਇੰਦਰਜੀਤ ਕੋਲ TVS ਆ, ਅਤੇ ਮਾਸਟਰ ਇੱਕ ਦੂਜੇ ਗੁਰਦਾਸਪੁਰ ਵਾਲੇ ਕੋਲ ਰੋਇਲ ਇਨਫੀਲਡ ਆ। ਚਾਰ ਕੰਪਨੀਆਂ ਆਪਾਂ ਲੈ ਕੇ ਚੱਲ ਰਹੇ ਹਾਂ ਵੱਖਰੀਆਂ ਵੱਖਰੀਆਂ, ਅਤੇ ਸਾਰੀਆਂ ਦੁਰਲੱਭ ਚੀਜ਼ਾਂ ਵਾ। ਆਹ ਰੋਸਟਰ ਵੀ ਘੱਟ ਬੰਦੇ ਲੈਣ ਡੇ ਆ, ਅਜੇ ਬਹੁਤੇ ਬੰਦੇ ਨਹੀਂ ਲੈਣ ਡੇ, ਪਰ ਮੋਟਰਸਾਈਕਲ ਬਹੁਤ ਸ਼ਾਨਦਾਰ ਆ। ਵੀਡੀਓ ਤੁਸੀਂ ਵੇਖਿਆ ਸਾਰੀ, ਇਹਦੀ ਡਿਲੀਵਰੀ ਆਪਾਂ ਦੱਸੀ ਆ। ਯਾਮਾ ਰੋਕਸ ਵੀ ਘੱਟ ਬੰਦੇ ਲੈਂਦੇ ਆ, ਜਿਹੜਾ ਮੋਟਰਸਾਈਕਲ ਸਕੂਟਰੀ ਐਂਟੋਰਕ ਉਹ ਵੀ ਘੱਟ ਲੈਂਦੇ ਆ, ਅਤੇ ਜਿਹੜਾ ਸੁਪਰ ਫਾਸਟ ਮਟਿਓਰ ਆ ਉਹਨੂੰ ਵੀ ਘੱਟ ਬੰਦੇ ਹੀ ਲੈਂਦੇ ਆ, ਚੁਣਿੰਦਾ ਬੰਦੇ ਲੈਂਦੇ ਆ। ਚਲੋ ਹੁਣ ਅੱਗੇ ਜਾ ਕੇ ਤੁਹਾਨੂੰ ਮਿਲਦੇ ਹਾਂ ਜਿਉਂ ਜਿਉਂ ਸਾਡਾ ਸਫ਼ਰ। ਲਓ ਜੀ ਲਹਾ, ਆਹ ਬਣਾ ਲਈ ਵਧੀਆ ਸੀ, ਹਾਲੀਵੁੱਡ ਫਿਲਮ ਸਟਾਰ ਲੱਗਣ ਡਿਆ ਮੈਨੂੰ, ਹਾਲੀਵੁੱਡ ਫਿਲਮ ਸਟਾਰ ਜੱਦੀ ਰੋਸਟਰ। ਚਲੋ ਚਲੋ ਆ ਜਾਓ ਫਿਰ ਆ ਜਾਓ। ਲਓ ਜੀ, ਆਪਾਂ ਗੁਰਦਾਸਪੁਰ ਤੋਂ ਅੱਗੇ ਤੁਰ ਪਏ ਹਾਂ ਜੀ। ਇਹ ਹੁਣ ਚੰਡੀਗੜ੍ਹ ਵਾਲਾ ਰੋਡ ਹੈ ਜਿੱਥੋਂ ਆਪਾਂ ਲੈਂਦੇ ਹਾਂ, ਮਤਲਬ ਅਸੀਂ ਸਿੱਧੇ ਜਾਣਾ ਵਾ ਮਕੇਰੀਆਂ ਨੂੰ। ਮਕੇਰੀਆਂ ਇੱਥੋਂ ਲਗਭਗ 15 ਕਿਲੋਮੀਟਰ ਦੇ ਆਸ ਪਾਸ ਆ ਜੀ, ਉੱਥੋਂ ਗਾਂ ਫਿਰ ਦਸੂਆ ਉਨਾ ਕੀ 15 ਕੀ, ਅਤੇ ਫਿਰ ਅੱਗੇ 40 ਕਿਲੋਮੀਟਰ ਦੇ ਆਸ ਪਾਸ ਜਿਹੜਾ ਨਾ ਤੁਹਾਡਾ ਵੱਜਦਾ ਵਾ ਹੁਸ਼ਿਆਰਪੁਰ। ਚੰਡੀਗੜ੍ਹ 222 ਕਿਲੋਮੀਟਰ ਹੈ ਇੱਥੋਂ, ਚੰਡੀਗੜ੍ਹ ਤੋਂ ਗਾਂ ਸ਼ਿਮਲਾ, ਸ਼ਿਮਲਾ ਤੋਂ ਗਾਂ ਨਾਰਕੰਡਾ ਪਹੁੰਚਦਾ ਪ੍ਰੋਗਰਾਮ। ਚੁੱਕੇ ਹਾਂ ਜੀ ਮਕੇਰੀਆਂ, ਉਹ ਗੱਡੀ ਦੂਰ ਚਲ ਗਈ ਆ, ਕੈਮਰੇ 'ਤੇ ਲੱਭਣੀ ਨਹੀਂ ਆ, BMW ਕਾਲੇ ਰੰਗ ਦੀ। ਅਤੇ ਸਾਡਾ ਮਾਸਟਰ ਮੋਟਰਸਾਈਕਲ ਕ੍ਰਾਸ ਕਰਨ ਲੱਗਾ ਸੀ, ਅਤੇ ਉਹ ਗੱਡੀ ਮਗਰ ਕਰਨ ਲੱਗੀ ਕ੍ਰਾਸ, ਪਰ ਉਹਨੇ ਵੇਖਿਆ ਵੀ ਮੋਟਰਸਾਈਕਲ ਵਾਲਾ ਕਰਨ ਲੱਗਾ, ਅਤੇ ਉਹਨੇ ਗੱਡੀ ਬਿਲਕੁਲ ਟਰੱਕ ਦੇ ਮਗਰ ਕਰ ਲਈ, ਮੋਟਰਸਾਈਕਲ ਨੂੰ ਜਾਣ ਦਿੱਤਾ ਉਹਨੇ ਕ੍ਰਾਸ ਕਰਨ ਵਾਸਤੇ। ਨਾਲ ਵੀ ਬਿਲਕੁਲ ਮੈਨੂੰ ਸੁਪਰ ਬੰਦਾ ਲੱਗਾ, ਇਹਨੇ ਤਾਂ ਕਹਿ ਸਕਦਾ ਵੀ ਸਾਡੀ 80-90 ਲੱਖ ਦੀ ਸਾਡੀ ਕਾਰ ਆ, ਅਤੇ 3 ਲੱਖ ਦਾ ਮੋਟਰਸਾਈਕਲ ਅਸੀਂ ਜਾਂਦੇ ਹਾਂ, ਪਰ ਕਈਆਂ ਦੇ ਦਿਮਾਗ ਵਿੱਚ ਨਾ ਪੈਸਾ ਨਹੀਂ ਵੜਿਆ ਹੁੰਦਾ,
ਰੱਬ ਨੇ ਜੇਬਾਂ 'ਚ ਪੈਸਾ ਪਾ ਤਾ ਹੁੰਦਾ ਵਾ, ਪਰ ਦਿਮਾਗ 'ਚ ਪੈਸਾ ਨਹੀਂ ਵੜਿਆ ਹੁੰਦਾ। ਅਤੇ ਕਈ ਜਿਹੜੇ ਆ, ਕਈਆਂ ਦੇ ਦਿਮਾਗ 'ਚ ਪੈਸਾ ਵੜ ਜਾਂਦਾ ਵਾ ਅਤੇ ਜੇਬਾਂ 'ਚ ਪੈਸਾ ਥੋੜ੍ਹਾ ਵੀ ਹੁੰਦਾ ਤਾਂ ਦਿਮਾਗ ਤਾਂ ਵੀ ਵੜ ਜਾਂਦਾ ਵਾ, ਉਹ ਫਿਰ ਬੰਦੇ ਨੂੰ ਬੰਦਾ ਨਹੀਂ ਕਹਿੰਦੇ। ਨਹੀਂ ਤਾਂ ਜੇ ਬੰਦਾ ਦੂਜਾ ਹੋਵੇ ਤਾਂ ਕਹਿ ਸਕਦਾ ਸਾਡੀ 70-80 ਲੱਖ ਦੀ ਜਾਂ ਕਰੋੜ ਦੀ ਵੀ ਹੋ ਸਕਦੀ ਆ ਕਾਰ, ਆ ਤਾਂ ਅਸੀਂ 3 ਲੱਖ ਦੇ ਜਾਂ 4 ਲੱਖ ਦੇ ਮੋਟਰਸਾਈਕਲ ਨੂੰ ਅਸੀਂ ਜਾਂਦੇ ਹਾਂ। ਪਰ ਕਈ ਬੰਦੇ ਵਧੀਆ ਬੰਦੇ ਰੱਬ ਨੇ ਪੈਦਾ ਕੀਤੇ ਆ ਅਤੇ ਉਹ ਹੈਗੇ ਵੀ ਆ, ਅਤੇ ਮਹਿੰਗੀਆਂ ਗੱਡੀਆਂ ਲੈਂਦੇ ਆ। ਚਲੋ ਮਹਿੰਗੀਆਂ ਗੱਡੀਆਂ ਲੈ ਆਣਗੇ ਅਤੇ ਜਿਹੜੇ ਬੰਦੇ ਉੱਥੇ ਕੰਮ ਕਰਦੇ ਆ ਉਹਨਾਂ ਏਜੰਸੀਆਂ ਵਿੱਚ, ਉਹ ਤਾਂ ਮਾੜੇ ਹੁੰਦੇ ਆ ਨਾ, ਉਹਨਾਂ ਦੇ ਘਰ ਵੀ ਰੱਬ ਨੇ ਚਲਾਉਣੇ ਹੁੰਦੇ ਆ, ਮਹਿੰਗੀ ਗੱਡੀ ਵੀ ਵਿਕਣੀ ਹੁੰਦੀ ਆ। ਵਧੀਆ ਲੱਗਾ ਮੈਨੂੰ ਇਹ ਮਕੇਰੀਆਂ ਪੌੜੀਆਂ ਦਾ ਬੜਾ ਕਾਰੋਬਾਰ ਆ, ਬਾਂਸ ਦੀਆਂ ਪੌੜੀਆਂ। ਆਪਾਂ ਨੀਅਰ ਗਰਦੀ ਵਾਲਾ ਵਾ ਅਤੇ ਇੱਕ ਲਾਈਨ 'ਚ ਚੱਲਣ ਡੇ ਆਪਾਂ, ਵੇਖੋ ਇੱਧਰ ਨੂੰ ਹੋ ਗਏ ਦੁੱਖ ਸੁਖਾਉਣਾ ਸੀਰੀਜ਼ ਪੂਰੀ, ਸਾਰੇ ਬੰਦੇ ਇੱਕ ਲਾਈਨ 'ਚ ਹੋ ਗਏ ਆ। ਅਤੇ ਇੱਦਾਂ ਦਾ ਸਿਸਟਮ ਚਲਾਉਣ ਡਿਆ ਆਪਾਂ ਜੀ, ਵੇਖੋ 5:30-6 ਵਜੇ ਚੱਲ ਕੇ ਨਾ 7:17 ਹੋਏ ਆ ਅਤੇ ਆਪਾਂ ਹੁਸ਼ਿਆਰਪੁਰ ਪਹੁੰਚ ਚੁੱਕੇ ਹਾਂ, ਜਿਹੜਾ ਲਗਭਗ 92-93 ਕਿਲੋਮੀਟਰ ਦਾ ਪਿੰਡ ਆ ਜਿਹੜਾ ਬਣਦਾ ਵਾ। ਹੁਸ਼ਿਆਰਪੁਰ ਤੋਂ ਆਪਾਂ ਹੁਣ ਵਧਣਾ ਜੀ ਚੰਡੀਗੜ੍ਹ ਵੱਲ ਨੂੰ, ਵਾਇਆ ਗੜ੍ਹ ਸ਼ੰਕਰ ਆਪਾਂ ਜਾ ਰਹੇ ਹਾਂ ਜੀ। ਇੱਕ ਰਸਤਾ ਜਲੰਧਰ ਫਗਵਾੜਾ ਵੀ ਜਾਂਦਾ ਵਾ, ਜੇ 1-way ਲੈਣਾ ਰੂਟ ਤਾਂ ਫਿਰ ਉਹ ਵਾ, ਪਰ ਇਹ ਸਾਡੇ ਹੱਥੀ ਚੜਿਆ ਤਾਂ ਅਸੀਂ ਸੋਚਿਆ ਵੀ ਇਹੋ ਰੂਟ ਲਈਏ ਜਿਹੜਾ ਆਪਾਂ ਕੰਫਰਟੇਬਲ ਥੋੜ੍ਹਾ ਜਿਹਾ ਰਹਾਂਗੇ, ਵਿਦਾਊਟ GPRS ਆਪਾਂ ਜਾ ਸਕਦੇ ਹਾਂ, ਤਾਂ ਕਰਕੇ ਇਹ ਰਸਤਾ ਆਪਾਂ ਲਿਆ ਵਾ ਹੁਸ਼ਿਆਰਪੁਰ ਨੂੰ ਆਪਾਂ ਕਰਾਸ ਕਰ ਲਏ। ਲਓ ਜੀ DS ਜਿਹੜਾ ਵੈਸ਼ਨੂੰ ਢਾਬਾ ਨਾ, ਅਸੀਂ ਆਪਣਾ ਘਰੋਂ ਲਿਆਂਦਾ ਪ੍ਰਪੇਅਰ ਕਰਕੇ ਕੰਮ, ਅਤੇ ਇੱਥੇ ਖਾਣਾ ਚਲੋ ਅਸੀਂ ਹੈ ਨਹੀਂ ਆ, ਇੱਥੇ ਚਾਹ ਕਹਿੰਦੇ ਪੀ ਲੈਂਦੇ ਹਾਂ, ਮਾਸਾ ਰੈਸਟ ਹੋ ਜਾਂਦੀ ਹੈ ਅਤੇ ਫਿਰ ਚੱਲ ਜਾਂਦੇ ਹਾਂ। ਬ੍ਰੇਕ ਲਾ ਲਈ ਆ ਜੀ ਸ਼ਰਧਾਲੂਆਂ ਨੇ, DS ਢਾਬਾ ਜਿਹੜੀ ਆਪਾਂ 4 ਲੱਖ ਇਕੱਠੇ ਕਰਕੇ ਲਿਆਂਦੇ ਸੀ, ਹੁਣ ਅਸੀਂ ਇੱਕ ਫਰੇਮ 'ਚ ਆ ਗਏ ਹਾਂ। ਮੇਰੀ ਅੰਗ ਲੈਂਦੀ ਆ 70 ਰੁਪਏ ਵਾਲੀ, ਅੱਛਾ 150 ਵਾਲੀ, 150 ਦੀ ਫਿਰ ਠੀਕ ਆ, ਮੈਂ ਸ਼ਾਇਦ 70 ਰੁਪਏ 'ਤੇ ਆ ਗਏ ਹਾਂ। ਅਤੇ ਇੱਥੋਂ ਹੁਣ ਆਪਾਂ ਚਾਹ ਪੀਂਦੇ ਹਾਂ ਅਤੇ ਫਿਰ ਅਸੀਂ ਆਪਣਾ ਜਿਹੜਾ ਲੰਗਰ ਆ ਉਹ ਅੱਗੇ ਜਾ ਕੇ ਦਿੰਦੇ ਹਾਂ। ਕੰਮ ਸਟਾਰਟ ਹੋ ਗਿਆ ਇੱਥੋਂ ਜਾਣ ਦਾ। ਇਹਦੇ 'ਚ ਕਿੱਥੇ ਆ, 8:11 'ਤੇ ਆਪਾਂ ਨਿਕਲ ਚੁੱਕੇ ਹਾਂ ਜੀ DS ਢਾਬੇ ਤੋਂ। ਉੱਥੇ ਆਪਾਂ ਪਰੌਂਠੀਆਂ ਅਤੇ ਘਰ ਦੀ ਬਣੀ ਆਲੂਆਂ ਦੀ ਸਬਜ਼ੀ ਨਾਲ ਰੋਟੀ ਖਾਧੀ ਹੈ ਜੀ। ਅਤੇ ਹੁਣ ਸਿੱਧਾ ਹੀ ਸਫ਼ਰ ਸਾਡਾ ਵਾਇਆ ਚੰਡੀਗੜ੍ਹ ਜਾ ਰਹੇ ਹਾਂ ਜੀ ਅਸੀਂ, ਕਿਉਂਕਿ ਜੇ ਕੁਰਾਲੀ ਤੋਂ ਮੁੜੀਓ, ਕਹਿੰਦੇ ਕੁਰਾਲੀ ਤੋਂ ਮੁੜਿਆਂ ਟਾਈਮ ਵੱਧ ਲੱਗਦਾ ਵਾ, ਰਸਤਾ ਘੱਟ ਆ ਉੱਦਾਂ, ਪਰ ਅਸੀਂ ਸੋਚਿਆ ਵੀ ਚੰਡੀਗੜ੍ਹ ਜੀਰਕਪੁਰ ਵੱਲੋਂ ਹੀ ਜਾਣਾ ਬਿਹਤਰ ਆ। ਮਾਹਲਪੁਰ ਇੱਥੋਂ 6 ਕਿਲੋਮੀਟਰ ਆ ਇਸ ਸਪੋਟ ਤੋਂ, ਬੰਦੇ ਸਾਡੇ ਪਿੱਛੇ ਰਹਿ ਗਏ ਜਾਪਦੇ ਜਾਂ ਕੋਈ ਤੁਰਿਆ ਨਹੀਂ ਲੱਗਦਾ। ਚਲੋ ਅੱਗੇ ਮਿਲਦੇ ਹਾਂ। ਹੁਣ ਵੇਖਿਓ ਆਹ ਵਾ ਮਟਿਓਰ ਰੋਇਲ ਇਨਫੀਲਡ ਦਾ, ਅੱਗੇ ਜਾਣ ਡਿਆ ਵਾ ਜਾਵਾ ਰੋਸਟਰ, ਦੋਵਾਂ ਦੀ ਲੁਕਿੰਗ ਵੇਖਿਓ ਕਿਹਦੀ ਬਿਹਤਰ ਆ। ਮੈਂ ਮੋਟਰਸਾਈਕਲ ਬਰਾਬਰ ਕਰਾਉਂਦਾ, ਬ
ਬਰਾਬਰ ਹੋਈ ਚੱਲੇ ਆ। ਉਹ ਥੋੜ੍ਹੀ ਅਪ ਰਾਈਟ ਆ ਉਹਦੀ, ਮੈਨੂੰ ਜੋ ਮੈਂ ਦੇਖਣ ਡਿਆ ਮੈਨੂੰ ਆਪਣੀ ਅੱਖ ਨਾਲ, ਦੋ ਸਲੰਸਰ ਆ ਉਹਦੇ ਨਾਲ ਟੋਰ ਵੱਜਦਾ ਵਾ, ਇਹਦਾ ਥੋੜ੍ਹਾ ਟਾਇਰ ਮੋਟਾ ਵਰਤੀ ਹੁੰਦਾ ਥੋੜ੍ਹਾ ਜਿਹਾ ਮਟਿਓਰ ਦਾ, ਮੈਂ ਕਿਹਾ ਰੋਜ਼ ਨਾ ਮਾੜੇ ਬਰਾਬਰ ਕਰਿਓ ਬਰਾਬਰ ਮੋਟਰਸਾਈਕਲ ਆਪਣਾ, ਮਾੜਾ ਜਿਹਾ ਬਰਾਬਰ ਕਰਿਓ, ਮਾੜਾ ਜਿਹਾ ਹੁਣ ਵੇਖਿਓ ਹੁਣ ਇੱਕ ਫਰੇਮ ਦੇ ਆਲਾਂ ਦੋ, ਫਰੇਮ 'ਤੇ ਕੀ ਆਉਣੇ ਆ ਇੱਥੇ ਟ੍ਰੈਫਿਕ ਬੜੀ ਇਹਦੇ, ਲੁਕਿੰਗ ਬੈਕ ਰੈਸ ਵਿਦ ਕੰਪਨੀ ਫਿਟਡ ਆ ਦੋਵਾਂ ਦੀ, ਅਤੇ ਦੋਵਾਂ ਦੀ ਲੁਕਿੰਗ ਵੇਖੋ ਕਿੱਦਾਂ ਦੀ ਆ, ਆਹ ਡਬਲ ਸੈਂਸਰ ਨਾਲ ਟੋਰ ਵੱਜਦਾ ਵੈਸੇ, ਚਲੋ ਵਧੀਆ ਵਾ ਦੋਵੇਂ ਵਧੀਆ ਵਾ ਆਪਣੇ। ਆਪਾਂ ਪਹੁੰਚ ਚੁੱਕੇ ਹਾਂ ਜੀ ਗੜ ਸ਼ੰਕਰ, ਸਮਾਂ ਹੋ ਗਿਆ 8:41, ਅਤੇ ਇੱਥੋਂ ਆਪਾਂ ਖੱਬੇ ਮੁੜ ਜਾਣਾ ਵਾ ਜੀ ਚੰਡੀਗੜ੍ਹ ਨੂੰ, ਗੜ ਸ਼ੰਕਰ ਪਹੁੰਚ ਕੇ ਥੋੜ੍ਹੀ ਜਿਹੀ ਭੀੜ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਵਾ, ਅਤੇ ਫਿਰ ਕੰਮ ਠੀਕ ਹੋ ਜਾਂਦਾ ਵਾ, ਰਸਤਾ ਠੀਕ ਆ ਉੱਦਾਂ। ਇੱਕ ਜੋੜੀਆਂ ਬਣਾ ਕੇ ਤੁਰੀਆਂ ਵੰਡੀਆਂ ਸੜਕ 'ਤੇ, ਮੈਂ ਨਾ ਨਾਲਾਗੜ੍ਹ ਅਤੇ ਨਾਰਕੰਡਾ ਨੂੰ ਰਲਾਈ ਜਾਣ ਡਿਆ ਵਾਂ, ਅਸੀਂ ਰਹਿਣਾ ਵਾਂ ਰਾਤ, ਕੋਸ਼ਿਸ਼ ਆ ਸਾਡੀ ਸ਼ਿਮਲੇ ਤੋਂ ਗਾਂਹ ਜਾਣ ਦੀ ਨਾਰਕੰਡਾ, ਮੈਂ ਨਾਲਾਗੜ੍ਹ ਨਾਲ ਕਰੀ ਜਾਂਦਾ ਵਾਂ, ਉਹ ਹੋਰ ਪਾਸੇ ਪੈ ਜਾਂਦਾ ਵਾ, ਪਛਾਣ ਨੂੰ ਪੈ ਜਾਂਦਾ ਵਾ, ਮੈਂ ਕਿਹਾ 50-60 ਕਿਲੋਮੀਟਰ ਆ ਸ਼ਿਮਲੇ ਤੋਂ ਅੱਗੇ ਨਾਰਕੰਡਾ, ਵੇਖੋ ਕਿੱਥੋਂ ਤੱਕ ਪਹੁੰਚ ਸਕਦੇ ਹਾਂ, ਜਿੱਥੋਂ ਤੱਕ ਵੀ ਮੈਕਸੀਮਮ ਪਹੁੰਚ ਸਕਾਂਗੇ 6-7 ਵਜੇ ਤੱਕ, ਜਿੱਥੇ ਆਪਾਂ ਵੱਜ ਜਾਣਗੇ ਟਾਈਮ ਹੋ ਜਾਏਗਾ ਉੱਥੇ ਹੀ ਆਪਾਂ ਆਪਣੀ ਜਿਹੜੀ ਭਾਲ ਸ਼ੁਰੂ ਕਰ ਦਾਂਗੇ। ਇੱਕ ਰਸਤੇ ਦਾ ਫਾਇਦਾ ਇੱਕ ਹੋਰ ਹੈਗਾ ਜੀ ਬਲਾਚੌਰ ਵਾਲਾ ਜਿਹੜਾ ਵਾ, ਇੱਥੇ ਤੁਹਾਨੂੰ ਰੁੱਖਾਂ ਦੀ ਸੰਘਣੀ ਛਾਂ ਮਿਲਦੀ ਆ, ਤੁਹਾਡੀ ਬੋਡੀ ਐਗਜ਼ੌਸਟ ਨਹੀਂ ਹੁੰਦੀ ਕਦੀ ਵੀ, ਚੰਡੀਗੜ੍ਹ 76 ਕਿਲੋਮੀਟਰ, ਰੂਪਨਗਰ 32 ਕਿਲੋਮੀਟਰ ਹੈਗਾ, ਅਤੇ ਤੁਹਾਨੂੰ ਛਾਂ ਮਿਲਦੀ ਆ ਸੰਘਣੀ। ਯਾਰ ਇਹਦੇ ਨੂੰ ਪਏ ਨਹੀਂ, ਬਲਾਚੌਰ ਦਾ ਬਾਈਪਾਸ ਸੀ, ਬਾਈਪਾਸ ਮਾਟਰ ਨੇ ਮਿਸ ਕਰਤਾ ਜਾਪਦਾ ਮੈਨੂੰ, ਅਤੇ ਵਿੱਚੋਂ ਦੀ ਪਾ ਲਿਆ ਵਾ। ਚਲੋ ਗੱਲ ਕਰਨ ਡਿਆ ਵੀ ਸੰਘਣੇ ਰੁੱਖ ਸਾਨੂੰ ਇਸ ਰਸਤੇ 'ਤੇ ਮਿਲਦੇ ਆ, ਨਾ
ਨਾ ਬਾਈਪਾਸ ਕਿਉਂ ਮਿਸ ਕੀਤਾ? ਬਾਈਪਾਸ ਕਿਉਂ ਮਿਸ ਕੀਤਾ? ਬਾਈਪਾਸ ਉਹ ਬਾਈਪਾਸ ਉੱਧਰ ਆ, ਆਹ ਮਾੜੇ ਰਾਹ ਵਾਲਿਆਂ ਦਾ, ਇਹ ਬਲਾ ਚੌਰ ਦੇ ਵਿੱਚੋਂ ਲੰਘਣਾ ਵਾ, ਉਹ ਬਾਈਪਾਸ ਲੰਘਣਾ ਸੀ ਬਾਹਰੋਂ ਬਾਹਰ ਹੀ। ਆਹੋ ਇਹ ਡਿਸੀਜਨ, ਇਹ ਗਲਤ ਡਿਸੀਜਨ ਹੋਇਆ, ਇਹ ਬਲਾ ਚੌਰ ਦੇ ਵਿੱਚੋਂ ਵਾਲਿਆ ਰਸਤਾ ਇੱਦਾਂ ਦਾ, ਬਾਹਰੋਂ ਬਾਹਰ ਬਾਈਪਾਸ ਜਾਂਦੇ ਤਾਂ ਰਸਤਾ ਹੋਰ ਹੋਣਾ ਸੀ। ਉਹ ਆ ਗਿਆ ਜੀ ਪਹਾੜ ਚੰਡੀਗੜ੍ਹ ਦੀ ਐਂਟਰੀ 'ਤੇ, ਜਦੋਂ ਆਹ ਦੇਖ ਜਾਣ ਸਮਝੋ ਵੀ ਚੰਡੀਗੜ੍ਹ ਲਾਗੇ ਆ, ਰੂਪਨਗਰ ਲਾਗੇ ਆ। ਰੂਪਨਗਰ ਤੋਂ ਹੁਣ ਆਪਾਂ ਬਹੁਤੀ ਦੂਰ ਨਹੀਂ ਹਾਂ, ਰੂਪਨਗਰ ਤਾਂ ਲਗਭਗ ਆ ਚੁੱਕਾ। ਫੋਲੋ ਸਪੀਡ ਲਿਮਿਟ, ਸਪੀਡ ਲਿਮਿਟ ਆ ਗਈ ਜੇ। ਚਲੋ ਵੱਧ ਰਹੇ ਹਾਂ ਅੱਗੇ, 9:24 ਦੇ ਆਪਾਂ ਰੂਪਨਗਰ 'ਤੇ ਪਹੁੰਚ ਗਏ ਹਾਂ। ਇੱਧਰ ਜਿਹੜੇ ਪਹਾੜ ਆ ਜੀ, ਇਹ ਪਿੰਡ ਰੇਲ ਮਾਜਰਾ ਦੇ ਆ, ਪਿੰਡ ਰੇਲ ਮਾਜਰਾ ਉਹ ਪਿੰਡ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋ ਗੁਫਾਵਾਂ ਮੌਜੂਦ ਨੇ। ਉੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਵਾ ਅਤੇ ਦੋ ਗੁਫਾਵਾਂ ਵਾ, ਕਿਸੇ ਵੇਲੇ ਉੱਥੇ ਵੀ ਗੇੜਾ ਜਿਹੜਾ ਸਪੈਸ਼ਲ ਮਾਰਨਾ ਵਾ। ਇਹ ਜਿਹੜੇ ਪਹਾੜਾਂ ਵਿੱਚ ਜਾਂ ਕਿਤੇ ਬੋਰਡ ਆਇਆ ਸੀ ਰੇਲ ਮਾਜਰਾ ਜੀ, ਉਹ ਪੁੱਲ ਨਾ ਨਾ ਚੜੀਏ, ਫਿਰ ਆਹ ਰਸਤਾ ਆਉਂਦਾ ਜਿੱਥੋਂ ਆਹ ਗੁਰਦੁਆਰਾ ਸਾਹਿਬ ਲੱਭਦਾ ਵਾ। ਦਰਬਾਰ ਰੋਡ ਪਲਾਂਟ ਸਾਹਿਬ ਰੋਪੜ, ਅਤੇ ਆਹ ਸਤਲੁਜ ਦਾ ਦਰਿਆ ਵਾ, ਅਤੇ ਇੱਥੇ ਹੀ ਜਿਹੜੀ ਨਿਸ਼ਾਨੀ ਜਿਹੜੀ ਹੈ ਨਾ, ਜਿਹੜਾ ਖਾਲਸਾ ਰਾਜ ਸੀ ਉਹਦੀ ਨਿਸ਼ਾਨੀ ਵੀ ਇੱਥੇ ਕਿਤੇ ਲਾਗੇ ਬੰਨੀ ਆ ਕਿਤੇ। ਇਹ ਸਾਰੇ ਏਰੀਏ ਜਿਹੜੇ ਮੇਰੇ ਕਰਨ ਵਾਲੇ ਰਹਿੰਦੇ ਆ ਜੀ, ਜਦੋਂ ਮੁੱਕਣਾ ਵਾ ਇੱਥੇ ਕਿਤੇ ਪਹਾੜ ਦੇ ਉੱਤੇ ਨਾ ਕੋਈ ਨਿਸ਼ਾਨੀ ਲੱਗੀ ਆ, ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅੰਗਰੇਜ਼ਾਂ ਦੀ ਸੰਧੀ ਹੋਈ ਸੀ ਵੀ ਸਤਲੁਜ ਤੋਂ ਉਰੇ ਅੰਗਰੇਜ਼ਾਂ ਨੇ ਨਹੀਂ ਆਉਣਾ, ਇਹ ਪਰੇ ਪਰੇ ਅੰਗਰੇਜ਼ ਰਹਿਣਗੇ। ਵੀ ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਅੰਗਰੇਜ਼ ਨਹੀਂ ਆਉਣ ਦਿੱਤੇ, ਜਦੋਂ ਕਿ ਬਾਕੀ ਦੇਸ਼ ਵਿੱਚ ਰਾਜ ਆ ਗਿਆ ਸੀ, ਪਰ ਪੰਜਾਬ ਵਿੱਚ ਰਾਜ ਜਿਹੜਾ ਵਾ 50 ਸਾਲ ਬਾਅਦ 'ਚ ਆਇਆ। ਉਹਦਾ ਹੁਣ ਪਤਾ ਕਰਾਂਗੇ। ਇੱਥੇ ਲਿਖਿਆ ਵਾ ਐਂਜੈਲੋ ਸਿੱਖ ਟ੍ਰੈਜਡੀ ਸਾਈਟ, ਆਹ ਵੀ ਕੋਈ ਵਧੀਆ ਚੀਜ਼ ਆ। ਐਂਗਲੋ ਕੋਈ ਵਿਰਾਸਤ ਨੂੰ ਜਾਣਨ ਵਾਲਾ ਥਾਂ ਜੇ। ਹੁਣ ਵੀ ਰੋਪੜ ਜਿਹੜਾ ਟਾਈਮ ਮੰਗਦਾ, ਰੋਪੜ ਆਓ ਤਾਂ ਥੋੜ੍ਹਾ ਸਮਾਂ ਲਾ ਕੇ ਆਓ, ਅਤੇ ਤੁਸੀਂ ਵਧੀਆ ਤਰੀਕੇ ਨਾਲ ਰੋਪੜ ਦੀਆਂ ਜਿਹੜੀਆਂ ਚੀਜ਼ਾਂ ਨਾ ਉਹਨੂੰ ਵਿਜਿਟ ਕਰ ਸਕਦੇ। ਅਤੇ ਸਾਰਾ ਰੂਪਨਗਰ ਘੁਮਾਤਾ ਵਾ, ਉਹ ਮੋੜ ਉਹੀ ਜਿਹੜੇ ਸਰਕਾਰ ਨੇ ਬਾਈਪਾਸ ਕਿਉਂ ਬਣਾਏ ਆ, ਟ੍ਰੈਫਿਕ ਨੂੰ ਸ਼ਾਂਤ ਕਰਨ ਵਾਸਤੇ। ਮਾਸਟਰ ਨੇ ਪਹਿਲਾਂ ਵੀ ਉਹ ਗੜ੍ਹ ਸ਼ੰਕਰ ਦੇ ਵਿੱਚੋਂ ਘੁਮਾਤਾ, ਅਤੇ ਆਹ ਹੁਣ ਆਹ ਰੂਪਨਗਰ ਦੇ ਵਿੱਚੋਂ ਪਾਤਾ। ਜਦੋਂ ਕੋਈ ਚੰਡੀਗੜ੍ਹ ਜਾਣ ਲੱਗਾ ਵੀ ਚੁੱਪਿਆਂ ਦੀ ਲੋੜ ਹੀ ਕੋਈ ਨਹੀਂ ਹੁੰਦੀ। ਸਲਾਹ ਕਰਨ ਡਿਆ ਜੀ ਕੁਰਾਲੀ ਕਿ ਜਾਂ ਕਿੱਦਾਂ ਕਿੱਦਾਂ। ਆਹੋ ਨਹੀਂ ਆਪਾਂ ਕੁਰਾਲੀ ਪਹੁੰਚ ਗਏ ਹਾਂ, ਨਹੀਂ ਜਿਹੜਾ ਅਗਲਾ ਰਾਹ ਉਹ ਬਾਹਰੋਂ ਬਾਹਰ ਹੀ ਆ। ਚਲੋ ਬਾਹਰੋਂ ਬਾਹਰ ਨਿਕਲੋ, ਕਿਉਂਕਿ 2 ਵਾਰ ਹੁਣ ਤਜਰਬੇ ਹੋ ਗਏ ਆ ਜੀ ਅੰਦਰੋਂ ਲੰਘਣ ਦੇ, ਅਤੇ ਸਾਡੇ 20-25 ਕਿਲੋਮੀਟਰ ਅਤੇ ਪਲੱਸ 1.5 ਘੰਟਾ 35 ਮਿੰਟ ਜਿਹੜੇ ਵੇਸਟ ਹੋਏ ਨੇ ਨਜਾਇਜ਼। ਅਸੀਂ ਸੋਚਿਆ ਵੀ ਮਾਸਟਰ ਨੇ ਕੋਈ ਨਵਾਂ ਰਾਹ ਦੀ ਖੋਜ ਕਰਨੀ ਆ, ਅਤੇ ਨਵਾਂ ਰਾਹ ਉਹ ਹੀ, ਅਤੇ ਉਹ ਬਾਈਪਾਸ ਮਿਸ ਕੀਤੇ, 2 ਚੰਗੇ ਭਲੇ ਰਾਹ ਜਿਹੜੇ ਆਪਣੇ ਹੱਥੀ ਜਿਹੜੇ ਆ ਨਾ ਉਹ ਰਾਹ ਮਿਸ ਕੀਤਾ। ਚਲੋ ਹੁਣ
ਫਟਾਫਟ 30 ਕਿਲੋਮੀਟਰ ਚੰਡੀਗੜ੍ਹ ਆ, ਬੋਰਡ ਆ ਰਿਹਾ ਇਹ ਕੁਰਾਲੀ ਆ, ਸ਼ਾਇਦ ਕੁਰਾਲੀ 3 ਕਿਲੋਮੀਟਰ ਆ ਇੱਥੋਂ। ਲਓ ਜੀ ਛਬੀਲ ਛੱਕ ਲਈ ਆ ਇੱਥੋਂ, ਗਰਮੀ ਹੋ ਗਈ ਆ ਕਾਫੀ, ਮੈਂ ਜੈਕਟ ਹੀ ਸੁੱਕਣਾ ਪਾਈ ਆ, ਮੈਨੂੰ ਤਾਂ ਗਰਮੀ ਵੱਧ ਲੱਗਣ ਡੀ ਆ। ਵੱਧਦੇ ਜਾ ਰਹੇ ਹਾਂ ਜੀ ਅੱਗੇ ਚੰਡੀਗੜ੍ਹ, 24 ਕਿਲੋਮੀਟਰ ਚੰਡੀਗੜ੍ਹ ਹੈਗਾ ਜੀ, 10 ਕਿਲੋਮੀਟਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈਗਾ 0.5 ਕਿਲੋਮੀਟਰ। ਸਮਾਂ ਹੋ ਗਿਆ ਜੇ 10:17, ਚੰਡੀਗੜ੍ਹ ਕਹਿੰਦੇ ਆ ਵੀ ਤੇਲ ਪਾਉਣਾ ਹੁਣ, ਪੈਟਰੋਲ ਪਵਾ ਕੇ ਅਤੇ ਆਪਾਂ ਚੰਡੀਗੜ੍ਹ ਤੋਂ ਸੋਲਨ ਨੂੰ ਜਾਵਾਂਗੇ ਜੀ, ਯਾਨੀ ਕਿ 5:30 ਜੇ ਤੁਰੀਏ ਆਪਣੇ ਘਰ ਤੋਂ ਅਸੀਂ ਵਿਧ ਵੈਰੀ ਕੰਫਰਟੇਬਲ ਰਾਈਡ ਕਰਕੇ ਅਤੇ ਆਪਾਂ ਪਹੁੰਚ ਜਾਂਦੇ ਹਾਂ ਜੀ, 10:15 ਹੋਏ ਹੈ ਨਾ, 11 ਦੇ ਇਰਦ ਗਿਰਦ ਆਪਾਂ ਚੰਡੀਗੜ੍ਹ ਦੇ ਵਿੱਚ ਪਹੁੰਚ ਜਾਂਦੇ ਹਾਂ ਆਰਾਮ ਨਾਲ, ਮਤਲਬ ਜਿਹੜੇ ਟਿਕਾਣੇ ਤੁਸੀਂ ਪਹੁੰਚਣਾ ਕਿਤੇ ਦਫ਼ਤਰ ਜਾਣਾ ਕਿਤੇ ਵੀ ਪਹੁੰਚ ਸਕਦੇ। ISBT ਮੋਹਾਲੀ, ਇੱਥੇ ਬੋਰਡ ਆਇਆ ਜੀ 119 ਕਿਲੋਮੀਟਰ ਸ਼ਿਮਲਾ, ਯਾਨੀ ਕਿ ਆਪਾਂ ਸ਼ਿਮਲੇ ਤੋਂ ਗਾਂਹ ਜਾ ਸਕਦੇ ਹਾਂ, ਇਹਦਾ ਪੱਕਾ ਗੱਲ ਕਨਫਰਮ ਹੈ ਹੁਣ। ਸਰਕਾਰੀ ਕਾਲਜ ਮੋਹਾਲੀ ਪਿੰਡ ਬਰ ਮਜ਼ਰਾ, ਕੀ ਕਹਿੰਦਾ ਮਾਸਟਰ? ਲਓ ਜੀ ਮੇਰੇ ਬੰਦੇ ਹੋ ਗਏ ਜੀ ਮਿਸ ਪਲੇਸ, ਮੈਨੂੰ ਇਹ ਨਹੀਂ ਪਤਾ ਲੱਗਣਾ ਮੈਂ ਸਹੀ ਹਾਂ ਕਿ ਉਹ ਸਹੀ ਆ, ਹੁਣ ਮੈਂ ਜਾਈ ਜਾਣ ਡਿਆ, ਮੈਨੂੰ ਆਪ ਨਹੀਂ ਪਤਾ ਲੱਗਣ ਡਿਆ ਵੀ ਜਾਣਾ ਕਿੱਧਰ ਨੂੰ ਆ, ਪਰ ਮੈਂ ਜਾ ਰਿਹਾ। ਕੋਈ ਬੋਰਡ ਬਾਰਡ ਆਵੇ ਸ਼ਿਮਲੇ ਦਾ ਤਾਂ ਫਿਰ ਵੇਖ ਕੇ ਗੱਲਬਾਤ ਕਰਦੇ ਹਾਂ, ਫਿਲਹਾਲ ਤਾਂ ਜਾ ਰਹੇ ਹਾਂ। ਅੱਗੇ ਬੋਰਡ ਆਇਆ ਵਾ, ਵੇਖਦੇ ਹਾਂ ਚੈੱਕ ਕਰਦੇ ਹਾਂ ਬੋਰਡ 'ਤੇ ਕੀ ਆ। ਸ਼ਿਮਲਾ 112 ਸਿੱਧਾ ਇਹੋ ਹੀ ਰਾਹ ਵਾ ਜੀ, PG ਚੰਡੀਗੜ੍ਹ ਵੀ ਸਿੱਧਾ ਹੀ। ਬੰਦੇ ਹੋ ਗਏ ਜੀ ਮੇਰੇ ਤੋਂ ਵੱਖ, ਅਤੇ ਮੈਂ ਹੁਣ ਆਪਣਾ GPR ਲਾ ਕੇ ਨਾ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸੋਲਨ ਵਾਲੇ ਰੋਡ 'ਤੇ ਪਹੁੰਚੋ, ਮੈਂ ਵੀ ਸੋਲਨ ਵਾਲੇ ਰੋਡ 'ਤੇ ਪਹੁੰਚਣਾ ਵਾਂ, ਇੱਕ ਦੂਜੇ ਨੂੰ ਹੁਣ ਮਿਲਦਾ ਨਹੀਂ ਕੋਈ ਫਾਇਦਾ। ਸੋ ਹੁਣ ਸੋਲਨ ਵਾਲਾ ਮੈਂ ਲਾ ਲਿਆ ਮੈਪ, ਅਤੇ ਸੋਲਨ ਵਾਲਾ ਮੈਪ ਉਹਨਾਂ ਕੋਲ ਆਇਆ ਵਾ, ਉਹ ਆਪਣੇ ਹਿਸਾਬ ਨਾਲ ਪਹੁੰਚਣ ਡਿਆ, ਮੈਂ ਆਪਣੇ ਹਿਸਾਬ ਨਾਲ ਪਹੁੰਚਣ ਡਿਆ ਵਾਂ, ਉੱਥੇ ਮੁਲਾਕਾਤ ਕਰਦੇ ਹਾਂ। ਚੰਡੀਗੜ੍ਹ ਵਿੱਚ ਝੁੱਗੀਆਂ ਝੌਂਪੜੀਆਂ ਹੈਗੀਆਂ ਜੀ, ਆ ਗਿਆ ਚੌਂਕ ਸੈਕਟਰ 16-23, ਇੱਥੋਂ ਮੈਂ ਜਾਣਾ ਸਿੱਧਾ। ਸੋਲਾਂ 15-22-23 ਚੰਡੀਗੜ੍ਹ ਦੀ ਆਪਣੀ ਇੱਕ ਖੂਬਸੂਰਤੀ ਤਾਂ ਹੈਗੀ ਆ। ਅਤੇ ਆਪਾਂ ਅੱਗੇ ਇੱਥੋਂ ਖੱਬੇ ਸਿਵਲ ਸਕੱਤਰੇਤ ਨੂੰ ਮੇਰੇ ਹਿਸਾਬ ਨਾਲ ਪਾਇਆ ਨਹੀਂ ਜਾਪਦਾ, ਉੱਥੋਂ ਕਿਤੇ ਮੁੜਨਾ। ਉਦਾਂ ਪਾਰਕ ਬਣੀ ਆ ਖੂਬਸੂਰਤ, ਸ਼ਹਿਰ 'ਚ ਰੁੱਖ ਲੱਗੇ ਆ, ਪਲਾਂਟੇਸ਼ਨ ਬੜੀ ਸੋਹਣੀ ਆ, ਇਹ ਨਿਯਮਾਂ ਦੇ ਆ ਕਾਹਦੇ ਆ, ਪਰ ਹੈ ਕਿ ਸੋਹਣੇ ਆ, ਗੂੜੀ ਛਾਂ ਵਾਲੇ ਆ। ਜਦੋਂ ਸ਼ਹਿਰ ਬਣਿਆ ਨਾ ਉਦੋਂ ਜ਼ਿਆਦਾ ਸੋਹਣਾ ਸੀ, ਆਖੋ ਜਿਹੜੀਆਂ ਇੱਟਾਂ ਭੁਰ ਗਈਆਂ ਨਾ, ਭੁਰ ਗਈਆਂ ਟੁੱਟ ਗਈਆਂ, ਉਹਨਾਂ ਨੂੰ ਰਿਪੇਅਰ ਪ੍ਰੋਪਰ ਨਹੀਂ ਕੀਤਾ ਗਿਆ,
ਉੱਚੀਆਂ ਨੀਵੀਆਂ ਲਾਤੀਆਂ ਗਈਆਂ ਵਾ, ਜਦੋਂ ਕਿ ਨਹੀਂ ਲਾਉਣੀ ਚਾਹੀਦੀਆਂ। ਹੁਣ ਆਪਾਂ ਸੱਜੇ ਘੁੰਮਣਾ ਵਾ, ਅੱਗੇ ਫਿਰ ਬੱਤੀ ਹੈਗੀ ਹੈ ਮੇਰੇ ਸਾਹਮਣੇ। ਹੁਣ ਗੇਮ ਟਿਕਾਣੇ ਦੀ ਆਈ ਆ, ਪੰਚਕੂਲਾ ਦਾ ਬੋਰਡ ਹੁਣ ਦੇਖਿਆ ਮੈਨੂੰ, ਸੈਕਟਰ 8-9 ਦੀ ਜਦੋਂ ਗੇਮ ਆਈ ਆ। ਇੱਥੋਂ ਆਪਾਂ ਸਿੱਧੇ ਰਹਿਣਾ, ਹਾਈ ਕੋਰਟ ਆ ਗਿਆ ਖੱਬੇ ਬੰਨੇ। ਗਲਤ ਕੱਟ ਮਾਰਿਆ ਨੇ ਆਟੋ ਵਾਲਾ, ਬਹੁਤ ਗਲਤ ਕੱਟ ਮਾਰ ਕੇ ਗਿਆ। ਆਹ ਰੋਡ 'ਤੇ ਵੀ ਕਾਫੀ ਰੌਣਕਾਂ ਲੱਗੀਆਂ, ਲੀਚੀਆਂ ਲੂਚੀਆਂ ਫਲ ਫੁੱਲ ਜੋ ਚੱਲਣ ਡੇ ਆ, ਲੋਕ ਰੁਕ ਰੁਕ ਕੇ ਟ੍ਰੈਫਿਕ ਜਾਮ ਕਰਕੇ ਫਲ ਖਾਣ ਡੇ ਆ। ਗੰਨੇ ਦਾ ਰਸ ਵੀ ਇੱਥੇ ਕਾਫੀ ਆਹ ਰੋਡ 'ਤੇ ਚੱਲਣ ਡਿਆ। ਇੱਕ ਘੰਟਾ 35 ਮਿੰਟ ਦਾ ਦੱਸਣ ਡਿਆ ਰਸਤਾ ਸੋਲਾਂ ਦਾ। ਵੇਖੋ ਹੁਣ ਸਾਡੇ ਬੰਦੇ ਮੈਨੂੰ ਕਿੱਥੇ ਮਿਲਦੇ ਆ, ਹੁਣ ਇਹ ਨਹੀਂ ਪਤਾ, ਤੁਰੇ ਜਾ ਰਹੇ ਹਾਂ। ਸ਼ਿਮਲਾ ਰਹਿ ਗਿਆ ਜੀ ਸਿਰਫ 90 ਕਿਲੋਮੀਟਰ, ਅਤੇ ਪੰਜੋਰ ਗਾਰਡਨ ਹੈਗਾ ਇੱਥੋਂ 8 ਕਿਲੋਮੀਟਰ। ਟੂਡੇ ਟੋਲ ਪਲਾਜ਼ਾ 1 ਕਿਲੋਮੀਟਰ ਹੈਡ ਆ। ਸੋਹਣੇ ਸੋਹਣੇ ਪਹਾੜ ਜਿਹੜੇ ਆ ਆਪਣੀਆਂ ਜਿਹੜੀਆਂ ਨਾ ਝਲਕਾਂ ਜਿਹੀਆਂ ਦੇਣ ਲੱਗ ਪਏ ਆ। ਜਿੱਦਾਂ ਸਾਨੂੰ ਪਠਾਨਕੋਟ ਤੋਂ ਝਲਕਾਂ ਮਿਲਦੀਆਂ ਵਾ, ਉੱਦਾਂ ਸਾਨੂੰ ਇੱਥੋਂ ਝਲਕਾਂ ਮਿਲਦੀਆਂ ਵਾ ਪਹਾੜਾਂ ਦੀਆਂ। ਹੁਣ ਥੋੜ੍ਹਾ ਬਹੁਤਾ ਵੈਦਰ ਬਦਲਣਾ ਸ਼ੁਰੂ ਹੋਏਗਾ। ਥੋੜ੍ਹਾ ਜਾਣਕਾਰੀ ਇਹ ਆ ਜੀ, 1653 ਕਿਲੋਮੀਟਰ ਆ, ਅਤੇ ਮੇਰੇ ਜਿਹੜੇ ਨਾਪ ਦੇ ਆ ਉਹ ਸਾਰੇ ਅਜੇ ਉਹ ਪਹੁੰਚਣ ਵਾਲੇ ਆ। ਆਹ ਜਿਹੜਾ ਮੈਨੂੰ ਪੁੱਜਣ ਵਾਲਾ ਬੰਦ ਆ, ਇਹ ਮੈਂ ਆਰਡਰ ਦੇ ਦਿੱਤਾ ਵਾ, ਸੰਪਰਕ ਹੋ ਗਿਆ ਬੰਦਿਆਂ ਨਾਲ, ਉਹ ਵੀ 5-6 ਮਿੰਟ 'ਚ ਪਹੁੰਚ ਰਹੇ ਆ ਜੀ। ਇਹਦਾ ਮਤਲਬ ਵੀ ਮੈਂ ਸਹੀ ਟਰੈਕ 'ਤੇ ਹਾਂ, ਬਾਕੀ ਸਾਰੇ ਗਲਤ ਟਰੈਕ 'ਤੇ, ਕਿਉਂਕਿ ਮੈਂ ਪਹਿਲਾਂ ਪਹੁੰਚ ਗਿਆ ਵਾ। ਇਹ ਆ ਵੀ ਪੱਤੀਆਂ ਬੜੀਆਂ ਜੇ ਦੋਣ ਦੀ, ਕੁਰਾਲੀ ਤੋਂ ਮੁੜ ਜਾਓ ਚੰਗੀ ਗੱਲ ਜੇ, ਮੈਂ ਤਾਂ ਇਹੋ ਹੀ ਸਲਾਹ ਦਊਂਗਾ। ਇੰਨੀਆਂ ਬੱਤੀਆਂ ਵਾ, ਜ਼ਿਆਦਾ ਤਿਆਰ ਹੋਇਆ ਜੀ ਬੰਦ ਧੁੱਪ ਆ ਕੇ, ਫਿਰ ਆਪਾਂ ਅੱਗੇ ਚੱਲਾਂਗੇ। ਬਰਗਰ ਖਾਧਾ ਗਿਆ ਵਾ, ਪਾਣੀ ਪੀਤਾ ਗਿਆ ਵਾ, ਅਤੇ ਆਹ ਚੇਪੀਆਂ ਜੀਆਂ ਵਾਹਵਾ ਆਨੰਦ ਆਉਂਦੇ ਆ। ਹੁਣ ਆਪਾਂ ਇੱਥੋਂ ਨਿਕਲਣ ਲੱਗੇ ਹਾਂ, ਸੋਲਨ ਜਾਣਾ ਫਿਰ ਮਾਰੇ ਜਿਹੜੀ ਜੀ, ਫਿਰ ਉੱਥੋਂ ਫਿਰ ਅੱਗੇ ਅੱਗੇ ਨਿਕਲ ਜਾਂਦੇ ਹਾਂ। ਗਾਰਡਨ ਖੱਬੇ ਆ, ਬੱਦੀ ਵੀ ਖੱਬੇ ਆ, ਅਤੇ ਸ਼ਿਮਲਾ ਜਾਣਾ ਸਿੱਧੇ ਆ। ਵਾਦੀਆਂ ਵਾਲੀ ਫੀਲਿੰਗ ਜੀ ਆਉਣ ਲੱਗ ਪਈ ਹੈ, ਵਾਦੀਆਂ ਵਾਲੀ ਵਾਦੀਆਂ ਵਾਦੀਆਂ ਲੱਗਣ ਲੱਗ ਪਈਆਂ। ਵਾਦੀਆਂ ਨੇ ਸਵਾਗਤ ਕਰਤਾ ਜੀ ਬਿਲਕੁਲ, ਆਪਾਂ ਹੁਣ ਵਾਦੀਆਂ ਦੇ ਵਿੱਚ ਪਹੁੰਚ ਚੁੱਕੇ ਹਾਂ। ਪਹਾੜਾਂ ਦਾ ਸੁਮੇਲ ਆ ਗਿਆ, ਲਾਲ ਪਹਾੜ ਆ ਗਏ ਆ ਮਿੱਟੀ ਵਾਲੇ। ਰਾਈਡਰ ਵੀ ਜਾ ਰਹੇ ਜੀ ਹਿਮਾਲਿਆਂ, ਥੋੜ੍ਹੀ ਥੋੜ੍ਹੀ ਪਹਾੜਾਂ ਵੱਲ ਧੂੜ ਧੂੜ ਜੀ ਬੱਦਲ ਬੱਦਲ ਜਿਹੇ ਮਹਿਸੂਸ ਹੋਣ ਡੇ ਆ, ਜਿਹਦੇ ਨਾਲ ਵੇਖ ਕੇ ਠੰਡਕ ਮਹਿਸੂਸ ਹੋਣ ਡੀ ਆ। ਹੁਣ ਰਾਈਡਿੰਗ ਜੈਕਟ ਪਾਈ ਵਧੀਆ ਲੱਗਣ ਡੀ ਆ, ਕਿਉਂਕਿ ਠੰਡੀ ਠੰਡੀ ਹਵਾ ਆ ਰਹੀ ਆ। ਕਿੱਡੇ ਸੋਹਣੇ ਲੱਗਦੇ ਆ ਵੇਖੋ, ਆਹ ਸਟੈਪ ਜੇ ਬਣੇ ਆ, ਵੇਖਾ ਆਹ ਢਿੱਗਾਂ ਜਿਹੜੀਆਂ ਨਾ ਡਿੱਗਣ ਵਾਸਤੇ ਰੋਕਣ ਵਾਸਤੇ ਇਹ ਸਾਰੀ ਪ੍ਰੋਗਰਾਮਿੰਗ ਕੀਤੀ ਗਈ ਆ। ਉੱਥੇ ਉਹ ਗਰੇਲਾਂ ਵੀ ਲਾਈਆਂ ਵਾ,
ਆ ਕੰਧਾਂ ਵੀ ਲਾਈਆਂ ਮੋਟੀਆਂ, ਕੋਈ ਨਾ ਕੋਈ ਫਾਇਦਾ ਤਾਂ ਕਰਦੇ ਹੋਣਗੇ। ਉੱਦਾਂ ਪਹਾੜ ਅੱਗੇ ਹੋਰ ਨਹੀਂ ਚੱਲਦਾ ਬਹੁਤਾ ਮੈਨਮੇਡ ਚੀਜ਼ਾਂ ਦਾ, ਪਰ ਫਿਰ ਵੀ ਕੁਝ ਨਾ ਕੁਝ ਬੈਨੀਫਿਟ ਹੁੰਦਾ ਹੀ ਆ। ਉਹ ਸਾਹਮਣੇ ਹੋਟਲ ਬਹੁਤ ਸੋਹਣੇ ਲੱਗਣ ਡਿਆ ਜੀ। ਚੰਡੀਗੜ੍ਹ ਤੋਂ ਮੈਂ ਥੋੜ੍ਹੀ ਦੂਰੀ 'ਤੇ ਆ ਸਾਰੀ ਆਬਾਦੀਆਂ ਆ ਜਾਂਦੀਆਂ ਵਾ, 16-35 ਕਿਲੋਮੀਟਰ ਦੇ ਆਸ ਪਾਸ ਆ, ਅਤੇ ਉਹਦੇ ਤੋਂ ਅੱਗੇ 40 ਕਿਲੋਮੀਟਰ ਸ਼ਿਮਲਾ ਵਾ ਜੀ। ਪੰਝੱਤਰ ਕਿਲੋਮੀਟਰ ਸ਼ਿਮਲਾ ਵਾ, 37 ਕਿਲੋਮੀਟਰ ਸੋਲਣ ਆ। ਅੱਜ ਜਾਮ ਇਹ ਰੋਡ ਨਾ ਬਿਜ਼ੀ ਰੋਡ ਰਹਿੰਦਾ ਵਾ, ਕਿਉਂਕਿ ਇੱਕ ਬੰਨੇ ਲੱਗਦਾ ਵਾ ਇਹਨੂੰ ਚੰਡੀਗੜ੍ਹ, ਦੂਜੇ ਬੰਨੇ ਲੱਗਦਾ ਸ਼ਿਮਲਾ, ਅਤੇ ਚੰਡੀਗੜ੍ਹ ਵੀ ਤਾਂ ਤੋਂ ਤਾਂ ਵਾ। ਜੇ ਪੰਜਾਬ ਹਰਿਆਣੇ ਦੀ ਗੱਲ ਕਰੀਏ ਜਾਂ ਇੰਡੀਆ ਦੀ ਵੀ ਗੱਲ ਕਰੀਏ, ਅਤੇ ਉੱਧਰ ਸ਼ਿਮਲਾ ਵੀ ਪਹਾੜਾਂ ਦੀ ਰਾਣੀ ਕਹਿੰਦੇ ਉੱਥੋਂ ਦੀਆਂ ਚੋਟੀਆਂ ਨੂੰ, ਅਤੇ ਬਿਜ਼ੀ ਰੋਡ ਆ। ਪਰ ਸਾਨੂੰ ਕੀ, ਅਸੀਂ ਤਾਂ ਟਿਓ ਮਿੰਟੋ ਜਾਈ ਜਾਣਾ। ਚਲੋ ਜਾਮ ਨਿਕਲ ਕੇ ਵੇਖੋ, ਕੰਧ ਤਾਂ ਕਿਹੜਾ ਸ਼ਾਨਦਾਰ ਮੀਨਾਕਾਰੀਆਂ ਹੋਈਆਂ ਵਾ। ਉਹ ਸਾਹਮਣੇ ਪਹਾੜਾਂ ਦੇ ਬੱਦਲ ਬੈਠਾ ਅਜੇ, ਹਾਂ ਬੱਦਲ ਬੈਠਾ, ਅੱਗ ਲੱਗੀ ਜਾ ਆਪਦੀ ਮੈਨੂੰ, ਤੇ ਅੱਗ ਲੱਗੀ ਆ ਸਾਰਿਆਂ ਜਾਨਵਰਾਂ ਵਾਸਤੇ। ਬਹੁਤ ਮੁਸ਼ਕਲ ਦੀ ਘੜੀ ਬਣ ਜਾਂਦੀ ਆ, ਕਿਉਂਕਿ ਉਹਨਾਂ ਦਾ ਘਰ ਹੀ ਇਹੋ ਆ। ਅੱਗ ਲੱਗੀ ਆ, ਪਰਮਾਣੂ ਖੱਬੇ ਸੋਲਣ ਸਿੱਧੇ, ਟਰਨ ਇੱਥੋਂ ਯੂ ਟਰਨ ਲੈ ਕੇ ਪੈਕ ਜਾ ਸਕਦੇ ਜੀ, ਇਹਦਾ ਮਤਲਬ ਇਹ ਆ। ਅੱਗ ਲੱਗੀ ਆ ਜੀ, ਅੱਗ ਮੰਦਭਾਗੀ ਘਟਨਾ ਵਾ ਇਹ। ਇਹ ਆ ਗਿਆ ਜੀ ਖੱਬੇ ਰਸਤਾ ਕਸੌਲੀ ਦਾ, ਆਪਾਂ ਜਾਣਾ ਸਿੱਧੇ 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 ਆਪਾਂ। ਇੱਕ ਆ ਕਸੌਲ, ਉਹ ਹੈਗਾ ਵਾ ਮਨੀਕਰਨ ਸਾਹਿਬ ਦੇ ਬਿਲਕੁਲ ਲਾਗੇ। ਇਹ ਆ ਕਸੌਲੀ ਜਿਹੜਾ ਕਿ ਇਹ ਸੋਲਣ ਲੱਗੇ ਆ। ਹੁਣ 20 ਕਿਲੋਮੀਟਰ ਤੋਂ ਟ੍ਰੈਫਿਕ ਤਾਂ ਹੈਗੀ ਆ, ਪਰ ਚੱਲਦੀ ਟ੍ਰੈਫਿਕ ਆ, ਕਿਸੇ ਪ੍ਰਕਾਰ ਦੀ ਕੋਈ ਸਟੋਪੇਜ ਨਹੀਂ ਆ, ਚੱਲ ਰਿਹਾ ਵਾ ਟ੍ਰੈਫਿਕ।